ਸੋ ਗਏ ਸਭ ਸਾਰੇ ਬੱਚੇ ਨਾਲ ਕੇ ਮੇਰਾ ਕਾਰਨ ਦੇਖੋ ਪਹਾੜੀ, ਇਹਨਾਂ ਦੀ ਪਹਾੜੀ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਸਾਰੀ ਮੁਕੰਮਲ ਬਣ ਗਏ ਨਾ, ਇਹਨਾਂ ਦੀ ਪਹਾੜੀ ਤੁਹਾਨੂੰ ਫਿਰ ਦਿਖਾਵਾਂਗੇ। ਬਿਸਮਿਲਲਾ, ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਚਾਲ ਏ, ਠੀਕ ਹੋ ਨਾ? ਅੱਜ ਦੀ ਵੀਡੀਓ ਕਰਦੇ ਤੁਸੀਂ, ਤੁਹਾਨੂੰ ਸਾਡੇ ਵੀਡੀਓ ਚੰਗਾ ਲੱਗਾ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅੱਜ ਅਸੀਂ ਵਲੌਗ ਥੰਬਨੇਲ ਦਾ ਟਾਈਟਲ ਵੇਖ ਲਿਆਉਣਾ, ਇਹ ਕਿਆ ਹੈ? ਇਹ ਉਹੀ ਭਾਈ ਆ, ਇਹ ਉਮਰ ਜ਼ਾਦ ਦੇ ਪਤਾ ਨਹੀਂ ਆਲੇ ਤਸ਼ੀਨ ਕੀ ਸਾਰਦੇ ਸ਼ੋਰ ਆ ਰਿਹਾ, ਪਤਾ ਨਹੀਂ ਕੀ। ਮੈਂ ਤਾਂ ਵੈਸੇ ਵੀਡੀਓ ਬਣਾ ਲੈਂਦਾ, ਮੈਂ ਤੁਹਾਨੂੰ ਦਿਖਾਵਾਂਗਾ, ਕਮੈਂਟ ਕਰਕੇ ਦੱਸ ਦਿਓ ਕਿ ਮੈਨੂੰ ਆਪ ਨਹੀਂ ਪਤਾ। ਦੇਖੋ ਸੱਟ ਵੀ ਲੱਗੀ ਹੋਈ ਹੈ, ਅਤੇ ਆਹ ਹੁਣ ਵੇਖੋ ਵੀਡੀਓ, ਅਤੇ ਵੀਡੀਓ ਛੋਟੀ ਬਣੀ ਕਿਉਂਕਿ ਰਸ਼ ਬਹੁਤ ਸੀ, ਗਰਮੀ ਸੀ। ਵੀਡੀਓ ਵੇਖੋ ਅਤੇ ਫਿਰ ਦੱਸਿਓ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਤੇ ਅਗਲਾ ਆਪਣਾ ਵਲੌਗ ਆਏਗਾ ਪਾਣਾ ਪਿਓਲ ਦੀ ਪਹਾੜੀ ਵਾਲਾ, ਅਤੇ ਉਹ ਦੇਖੋ। ਮੈਂ ਵੀਡੀਓ ਬਣਾ ਰਹੇ, ਮੈਨੂੰ ਉਹ ਦੇਖਿਆ ਪਹਾੜੀ ਬਣਾ ਰਹੇ ਬੱਚੇ, ਹੋਰ ਵੀ ਗਲੀ ਆਏ, ਮੈਂ ਤੁਹਾਨੂੰ ਦੇਖੂੰਗਾ। ਸਾਰੇ ਬੱਚੇ ਨਾਲ ਕੇ ਮੇਰਾ ਕਾਰਨ ਦੇਖੋ ਪਹਾੜੀ, ਇਹਨਾਂ ਦੀ ਪਹਾੜੀ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਸਾਰੀ ਮੁਕੰਮਲ ਬਣ ਗਏ ਨਾ, ਇਹਨਾਂ ਦੀ ਪਹਾੜੀ ਤੁਹਾਨੂੰ ਫਿਰ ਦਿਖਾਵਾਂਗੇ, ਆਪਣੀ ਵੀ ਦਿਖਾਵਾਂਗੇ, ਇਹਨਾਂ ਦੀ ਵੀ ਦਿਖਾਵਾਂਗੇ। ਅਸਲਾਮ ਅਲੈਕੁਮ, ਕੀ ਹਾਲ ਆਪ, ਠੀਕ ਹੈ? ਇਹ ਹਮਾਰੇ ਬੜੇ ਜਿਗਰੀ ਯਾਰ ਹੈ, ਇਹਨਾਂ ਨੇ ਪਹਾੜੀ ਬਣਾਈ, ਇਹਨਾਂ ਨੇ ਮਾਰਾ ਚੈਲੰਜ ਕੀ, ਆਪ ਦੇਖਤੇ ਹੈ ਕੌਣ ਜਿੱਤਾ ਹੈ, ਚੈਲੰਜ ਹਮ ਐਕਸਪੈਕਟ ਹੈ। ਠੀਕ ਹੈ, ਹਾਂਜੀ ਮੌਜੂਦ ਹੈ। ਆਪਕੀ ਪਹਾੜੀ ਕਾ ਲੀਡਰ ਕੌਣ ਹੈ? ਹਮਾਰੀ ਪਹਾੜੀ ਕਾ ਲੀਡਰ ਵੀ ਹੈ, ਦੋਨੋਂ ਆਈ ਕੱਟੇ, ਕਭੀ ਇਸਕੀ ਚਲਤੀ ਹੈ ਤੋ ਕਭੀ ਇਸਕੀ ਚਲਤੀ ਹੈ, ਜਬ ਇਸਕੀ ਨਹੀਂ ਚਲਤੀ ਤੋ ਇਸਕੀ ਨਹੀਂ ਚਲਤੀ। ਕੌਣ? ਦੋਨੋਂ ਹੈ ਕਿ ਪਹਾੜੀ ਕਾ ਲੀਡਰ ਹੈ, ਮੁਝੇ ਪਹਾੜੀ ਸੇ ਕਭੀ ਨਿਕਾਲ ਦੇਤਾ ਹੈ, ਕਭੀ ਰੱਖ ਲੇਤਾ ਹੈ, ਜ਼ਰੂਰਤ ਪੜਨੇ ਪੇ ਰੱਖ ਲੇਤਾ ਹੈ, ਜਬ ਜ਼ਰੂਰਤ ਖਤਮ ਹੋ ਜਾਤਾ ਹੈ ਤਬ ਨਿਕਾਲ ਲੇਤਾ ਹੈ, ਨਾ ਪਤਾ ਕਰ ਦੇਤਾ ਹੈ। ਬੈਠਾ ਹੋਇਆ ਗੋਲੂ ਢੋਲੂ, ਵੋ ਆਪਣੀ ਟੱਚ ਘੜੀ ਚਲਾ ਰਿਹਾ, ਉਸਕੇ ਹੱਥ ਪੇ ਗੌਰ ਕਰੇ। ਢੋਲੂ ਇਹ ਲੋਤਾ ਭਾਈ ਹੈ। ਚਲੋ ਠੀਕ ਹੈ, ਫਿਰ ਦੇਖੋ ਵੀਡੀਓ ਅਗਲੀ। ਆ ਦੇਖੋ ਭਾਈ ਕਿੱਡਾ ਲੰਮਾ ਹੋਇਆ, ਵਾਨ ਬਹੁਤ ਜ਼ਿਆਦਾ ਸੀ, ਅਤੇ ਮੈਂ ਇਸ ਵਿੱਚ ਤੋਂ ਰਿਕਾਰਡਿੰਗ ਕਰ ਰਿਹਾ, ਅਤੇ ਰਿਕਾਰਡਿੰਗ ਹੋਈ ਸ਼ੋਰ ਬਹੁਤ ਹੋ ਰਿਹਾ ਸੀ। ਦੇਖੋ ਇੱਧਰ ਛੱਪੀ ਅਤੇ ਵਾਨ ਚੱਲ ਰਿਹਾ, ਇੱਧਰ ਤੋਂ ਛੱਪੀ ਵਾਨ ਸਾਰਾ ਹੁੰਦਾ। ਦੇਖੋ ਭਾਈ ਆ ਕਿੰਨੀ ਵਾਨ ਛੋੜ ਕਰ ਰਿਹਾ, ਉਹ ਕੋਈ ਨਹੀਂ ਪੁੱਛਣਾ ਬਾਅਦ ਆਉਂਦੇ। ਦੇਖੋ ਕਿੱਡਾ ਲੰਮਾ, ਜੁੱਤੀਆਂ ਜੁੱਤੀਆਂ ਚੱਲੀਆਂ, ਦੇਖੋ ਜੀ ਮਰਜ਼ੀ ਬੈਠੀ ਹੋ ਰਹੀ ਹੈ, ਦੇਖੋ ਕਿੱਦਾਂ ਬੱਚਿਆਂ ਦਾ ਫੈਨ ਫਿਲਮ ਕਰ ਰਿਹਾ, ਦੇਖੋ ਕਿੱਦਾਂ ਲੰਮਾ ਪਈਏ, ਕਿੱਦਾਂ ਚੌਕਾ ਚੌਕਾ ਪਈਏ, ਕਿੱਦਾਂ ਲੰਮਾ ਰਾਮ ਮੰਮੀ ਇੰਨੀ ਰਾਮ ਮੰਮੀ ਮੰਮੀ ਉਮਰ ਜ਼ਿਆਦ ਹੈ। ਉੱਥੋਂ ਮੈਂ ਆ ਗਿਆ, ਮੈਂ ਉੱਥੇ ਰਸ਼ ਬਹੁਤ ਸੀ, ਗਰਮੀ ਮੇਰਾ ਦਿਲ ਘਬਰਾ ਰਿਹਾ ਸੀ, ਹੁਣ ਪਤਾ ਨਹੀਂ ਟਾਈਮ ਕਹਿੰਦੇ ਸਰਾਂ 'ਚ, ਅਤੇ ਮੈਂ ਤਾਂ ਨਹੀਂ ਗਿਆ, ਅਤੇ ਮੈਂ ਚੱਲ ਜਾਣਾ ਸੀ, ਹੁਣ ਜਾ ਰਹੇ ਹਾਂ ਘਰ, ਘਰੋਂ ਵਿਹਲਾ ਹੋ ਕੇ ਤਾਂ ਫਿਰ ਵਲੌਗ ਵੀ ਠੰਡ ਕਰਨਾ, ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਣਾ ਸਬਸਕ੍ਰਾਈਬ ਕਰੋ।